ਰਿਕੁਐਸਟ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਆ ਕੇ ਆਪਣਾ ਪਾਵਰ ਦਾ ਮਹਿਕਮਾ ਸਾਂਭਣਾ ਚਾਹੀਦਾ ਆ, ਔਰ ਸੀ ਐੱਮ ਸਾਹਿਬ ਨੇ ਸੋਚ ਕੇ ਦਿੱਤਾ ਹੋਏਗਾ, ਚੰਗੇ ਤਜ਼ਰਬਾ ਹੈ ਜ਼ਿੰਦਗੀ ਦਾ ਔਰ ਸਾਂਭ ਸਕਦੇ ਨੇ। ਔਰ ਮੈਂ ਸਮਝਦਾ ਕਿ ਜਿਹੜਾ ਅਰਬਨ ਦਾ ਮਹਿਕਮਾ ਸੀ ਉਹਦੀ ਇੱਕ ਲਿਮਿਟ ਸੀ ਸਿਰਫ ਸ਼ਹਿਰ ਤੱਕ, ਇਹਦੀ ਸਾਰਾ ਪੰਜਾਬ ਹੀ ਅੰਡਰ ਆਉਂਦਾ ਆ, ਹਰ ਘਰ 'ਚ ਬੱਤੀ ਦੀ ਲੋੜ ਹੈ ਅੱਜ, ਚਾਹੇ ਉਹ ਕਿੰਨਾ ਵੀ ਗਰੀਬ ਆ, ਮੋਬਾਈਲ ਤਕਰੀਬਨ ਹਰ ਬੰਦੇ ਕੋਲ ਹੈਗਾ ਆ, ਉਹਦੀ ਚਾਰਜ ਵਾਸਤੇ ਵੀ ਬੱਤੀ ਦੀ ਲੋੜ ਪੈਂਦੀ ਹੈ। ਔਰ ਅੱਜ ਜਦੋਂ ਪੰਜਾਬ ਦੇ ਵਿੱਚ ਧਾਨ ਦੀ ਲਵਾਈ ਦਾ ਕੰਮ ਚੱਲ ਰਿਹਾ, ਧਾਨ ਦੀ ਫਸਲ ਦਾ ਕੰਮ ਹੈ, ਜਿੱਥੇ ਪਾਣੀ ਦੀ ਬਹੁਤ ਵੱਡੀ ਲੋੜ, ਉਧਰੋਂ ਗਰਮੀ ਹੈ ਔਰ ਬੱਤੀ ਦੀ ਬਹੁਤ ਵੱਡੀ ਜ਼ਰੂਰਤ ਹੈ, ਉਦੋਂ ਸਿੱਧੂ ਸਾਹਿਬ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਆ ਕੇ ਆਪਣਾ ਮਹਿਕਮਾ ਸਾਂਭਣਾ ਚਾਹੀਦਾ ਹੈ। ਕਿੱਥੇ ਗਾਇਬ ਨੇ ਸਿੱਧੂ ਸਾਹਿਬ, ਤੁਹਾਡੇ ਇਲੈਕਸ਼ਨ 'ਚ ਵੀ ਨਹੀਂ ਨਜ਼ਰ ਆਏ, ਕਿਤੇ ਦੂਰ ਦੂਰ ਤੱਕ ਪਤਾ ਨਹੀਂ ਹੈਗਾ, ਮੁੱਖ ਮੰਤਰੀ ਆਪ ਕੰਮ ਸੰਭਾਲ ਰਹੇ ਨੇ, ਇਸ ਹਾਲਾਤਾਂ 'ਚ ਲੱਗਦਾ ਹੈ ਕਿ ਉਹਨਾਂ ਨੂੰ ਬਣੇ ਰਹਿਣਾ ਚਾਹੀਦਾ ਪਦ ਦੇ ਉੱਤੇ? ਦੇਖੋ, ਜਿੱਥੋਂ ਤੱਕ ਉਹਨਾਂ ਦਾ ਇਲੈਕਸ਼ਨ ਦਾ ਸਵਾਲ ਹੈ, ਉਹ ਤਾਂ ਸਾਰੇ ਹਿੰਦੁਸਤਾਨ 'ਚ ਰੈਲੀਆਂ ਕਰਦੇ ਸੀ, ਔਰ ਇਹ ਤਾਂ ਇਲੈਕਸ਼ਨ 'ਚ ਉਹਨਾਂ ਦੇ ਵਾਈਫ ਕੰਮ ਕਰਦੇ ਰਹੇ ਨੇ ਕੌਂਸਟੀਚੁਐਂਸੀ ਦੇ ਵਿੱਚ, ਭਾਵੇਂ ਕਿ ਲੋਕਾਂ ਦੀ ਡਿਮਾਂਡ ਸੀ ਸਿੱਧੂ ਸਾਹਿਬ ਆਉਣ, ਪਰ ਹੁਣ ਉਹਨਾਂ ਨੇ ਸਾਰੇ ਪੰਜਾਬ ਦੀ ਔਰ ਵੱਡੀ ਜ਼ਿੰਮੇਵਾਰੀ ਸੀ ਹਿੰਦੁਸਤਾਨ ਦੀ, ਉਹਦੇ ਕਰਕੇ ਸ਼ਾਇਦ ਉੱਥੇ ਜ਼ਿਆਦਾ ਬਿਜ਼ੀ ਰਹੇ ਨੇ, ਕਿਉਂਕਿ ਸੀਟ ਜਿਹੜੀ ਸੀ ਉਹ ਤੁਹਾਨੂੰ ਪਤਾ ਹੀ ਹੈ ਕਿ ਲੱਗਦਾ ਸੀ ਕਿ ਜਿਵੇਂ ਹਰ ਕੋਈ ਬੰਦਾ ਸੋਚਦਾ ਕਿ ਸੀਟ ਜਿਹੜੀ ਉਹ ਜਿੱਤੀ ਜਾਣੀ ਹੈ, ਔਰ ਜਿਹੜੀਆਂ ਸੀਟਾਂ 'ਤੇ ਜ਼ਿਆਦੀਆਂ ਵੀਕ ਸੀ ਉਹਦੇ 'ਤੇ ਜ਼ਿਆਦਾ ਕੰਮ ਕਰਨ ਦੀ ਲੋੜ ਸੀ, ਉੱਧਰ ਨੂੰ ਜ਼ਿਆਦਾ ਉਹਨਾਂ ਨੇ ਧਿਆਨ ਦਿੱਤਾ ਹੈ। ਔਰ ਜਿੱਥੋਂ ਤੱਕ ਸੀ ਐੱਮ ਸਾਹਿਬ ਦਾ ਗੱਲ ਹੈ, ਸੀ ਐੱਮ ਸਾਹਿਬ ਨੇ ਦੇਖੋ ਅੱਜ ਜ਼ਿੰਮੇਵਾਰੀ ਸੀ ਐੱਮ ਸਾਹਿਬ 'ਤੇ ਆਉਂਦੀ ਹੈ, ਜੇ ਪੰਜਾਬ 'ਚ ਕੋਈ ਬੱਤੀ ਦੀ ਦਿੱਕਤ ਆ ਰਹੀ, ਕੋਈ ਪ੍ਰੋਬਲਮ ਹੈ, ਜੇ ਕੋਈ ਉਹਨਾਂ ਦਾ ਮੰਤਰੀ ਕੰਮ ਨਹੀਂ ਕਰਦਾ ਤਾਂ ਸੀ ਐੱਮ ਸਾਹਿਬ ਜਵਾਬ ਦੇਣੇ, ਅਤੇ ਕੁਦਰਤੀ ਗੱਲ ਹੈ ਜੇ ਹੁਣ ਬਹੁਤ ਚਿਰ ਨਹੀਂ ਆਉਣਗੇ ਫਿਰ ਉਹਨਾਂ ਨੂੰ ਇਹਦੇ ਬਾਰੇ ਕੁਛ ਨਾ ਕੁਛ ਸੋਚਣਾ ਪਏਗਾ, ਕਿਉਂਕਿ ਵਿਰੋਧੀ ਪਾਰਟੀਆਂ ਵੀ ਹੁਣ ਲਿਖਣੀਆਂ ਸ਼ੁਰੂ ਕਰ ਦਿੱਤਾ ਹੈ, ਜਿਵੇਂ ਗਵਰਨਰ ਸਾਹਿਬ ਨੂੰ ਲਿਖ ਕੇ ਦੇ ਕੇ ਆਏ ਕਿ ਸਿੱਧੂ ਸਾਹਿਬ ਜਿਹੜੇ ਉਹ ਨਜਾਇਜ਼ ਤੌਰ 'ਤੇ ਜਿਹੜੇ ਲਾਭ ਲੈ ਰਹੇ ਨੇ, ਮਨਿਸਟਰ ਦੇ ਕੰਮ ਨਹੀਂ ਕਰ ਰਹੇ। ਸੋ ਅਜਿਹੀਆਂ ਗੱਲਾਂ ਆਉਣ ਤੋਂ ਪਹਿਲਾਂ ਮੈਂ ਸਮਝਦਾ ਸਿੱਧੂ ਸਾਹਿਬ ਸਿਆਣੇ ਨੇ, ਬੜਾ ਤਜ਼ਰਬਾ ਉਹਨਾਂ ਨੂੰ ਸੀ ਐੱਮ ਸਾਹਿਬ ਨਾਲ ਬੈਠ ਕੇ ਗੱਲ ਕਰ ਲੈਣੀ ਚਾਹੀਦੀ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।